ਮੱਥਾ ਜੇ ਕਿਤੇ ਰਵਿਦਾਸ ਜੀ ਸਾਡੇ ਸਾਹਮਣੇ ਹੋਣ ਮੇਰੇ, ਸੁਣੋ ਭਗਤ ਰਵਿਦਾਸ ਜੀ ਦਾ ਸ਼ਬਦ ਹੈ, ਜੇ ਮੇਰੇ ਸਾਹਮਣੇ ਹੋਣ ਮੈਂ ਉਹਨਾਂ ਦੇ ਚਰਨਾਂ ਤੇ ਸਿਰ ਰੱਖ ਕੇ ਚੁੱਕਾ ਹੀ ਨਾ, ਚਰਨਾਂ ਤੇ ਸਿਰ ਰੱਖਣਾ। ਪਤਾ ਕਿਉਂ? ਮੈਂ ਜਾਵਾਂ 600 ਸਾਲ ਪਿੱਛੇ, ਤੇ 600 ਸਾਲ ਵੇਲੇ ਜਦੋਂ ਏਦਾਂ ਦੇ ਰਾਜੇ ਮਹਾਰਾਜੇ, ਬੰਦਾ ਸਿੱਧਾ ਹੀ ਨਾ ਅਪੀਲ ਨਾ ਦਲੀਲ ਨਾ ਵਕੀਲ, ਸਿੱਧੀ ਸਜ਼ਾ ਮੌਤ, ਉਸ ਵੇਲੇ ਵੀ ਆਹ ਗੱਲਾਂ ਕਹਿਣੀਆਂ। ਕਮਾਲ ਦੀ ਸ਼ਖਸੀਅਤ, ਕਮਾਲ ਦੀ ਸ਼ਖਸੀਅਤ। ਹੁਣ ਵੇਖੋ ਭਗਤ ਰਵਿਦਾਸ ਜੀ ਕਹਿੰਦੇ, ਕਹਿੰਦੇ ਭੁਲੇਖਾ ਜਿਹਾ ਪਿਆ ਹੋਇਆ ਸ਼ੁਰੂ ਤੋਂ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਨਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਕਹਿੰਦੇ ਜਿਵੇਂ ਸਮੁੰਦਰ ਵਿੱਚ ਹਵਾ ਤੂਫਾਨ ਆਵੇ ਤੇ ਲਹਿਰਾਂ ਬਣ ਜਾਂਦੀਆਂ, ਲਹਿਰਾਂ ਸਮੁੰਦਰ ਵਿੱਚ ਬਣ ਕੇ ਤੇ ਏਦਾਂ ਲੱਗਦਾ ਸਮੁੰਦਰ ਹੋਰ ਹੈ ਤੇ ਲਹਿਰਾਂ ਹੋਰ ਨੇ, ਪਰ ਤੁਸੀਂ ਦੱਸੋ ਵੀ ਲਹਿਰਾਂ ਤੇ ਸਮੁੰਦਰ ਦੋ ਨੇ ਕਿ ਇੱਕੋ ਹੀ ਹੈ? ਗੱਜ ਕੇ ਹੋਰ ਗੱਜ ਕੇ ਏਦਾਂ ਹੀ ਮੰਨਣਾ ਪੈਣਾ ਵੀ ਰੱਬ ਜਿਵੇਂ ਸਮੁੰਦਰ ਲੱਗਦਾ ਲਹਿਰਾਂ ਤੇ ਸਮੁੰਦਰ ਦੋ ਹੈ, ਏਦਾਂ ਹੀ ਸਾਨੂੰ ਲੱਗੀ ਜਾਂਦਾ ਵੀ ਰੱਬ ਹੋਰ ਹੈ ਤੇ ਅਸੀਂ ਹੋਰ ਆ, ਨਹੀਂ ਇੱਕੋ ਹੀ ਹੈ। ਆਹ ਭੁਲੇਖਾ ਜਿਹੜਾ ਸਮੁੰਦਰ ਦਾ ਪੈਂਦਾ, ਭਗਤ ਰਵਿਦਾਸ ਜੀ ਕਹਿੰਦੇ ਨੇ ਆਹ ਭੁਲੇਖਾ ਪੈ ਗਿਆ ਲੋਕਾਂ ਨੂੰ, ਜਿੱਦਣ ਪਤਾ ਲੱਗ ਗਿਆ ਵੀ ਲਹਿਰ ਹੀ ਸਮੁੰਦਰ ਹੈ, ਫਿਰ ਲਹਿਰ ਸਮੁੰਦਰ ਨੂੰ ਲੱਭੇ ਕਿ ਆਪਣੇ ਆਪ ਨੂੰ ਲੱਭੇ ਸਮੁੰਦਰ ਲੱਭ ਜੂ? ਬੋਲੋ, ਜਿੱਦਣ ਤੈਨੂੰ ਪਤਾ ਲੱਗ ਗਿਆ ਵੀ ਰੱਬ ਦੀ ਲਹਿਰ ਹੀ ਮੈਂ ਆ ਤੇ ਆਪਣੇ ਆਪ ਨੂੰ ਲੱਭ ਲੈ, ਰੱਬ ਲੱਭ ਜੂ। ਤੇਰੀ ਯਾਤਰਾ ਖਤਮ ਕਿਹਦੇ ਤੇ ਹੋਊ? ਤੇਰੇ ਤੇ। ਫਿਰ ਬਾਹਰਲਾ ਤੇ ਕੰਮ ਹੀ ਖਤਮ ਹੋ ਗਿਆ, ਪਛਾਣਨਾ ਕਿਹਨੂੰ ਹੈ ਫਿਰ? ਰੱਬ ਨੂੰ ਕਿ ਆਪਣੇ ਆਪ ਨੂੰ? ਆਪਣੇ ਆਪ ਨੂੰ ਗਵਾਚਾ ਕੌਣ ਹੈ? ਆਪਣਾ ਆਪ। ਸਾਰਾ ਕੁਛ ਹੀ ਬਦਲ ਗਿਆ, ਜਿਹੜਾ ਮੂੰਹ ਤਾਂ ਚੱਕਿਆ ਸੀ ਵੀ ਬਾਹਰ ਹੈ ਕਿਤੇ, ਹੁਣ ਮੂੰਹ ਐਨੂੰ ਹੋ ਗਿਆ ਵੀ ਅੰਦਰ ਹੈ ਯਾਰ ਮੈਂ ਹੀ ਹਾਂ, ਪਤਾ ਲੱਗ ਗਿਆ। ਤੇ ਸਾਰੀ ਦੁਨੀਆ ਤੁਰੀ ਕਿੱਧਰ ਚੱਕੀ ਫਿਰਦੀ ਮੂੰਹ? ਕਰੋੜਾਂ ਅਰਬਾਂ ਖਰਬਾਂ 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 ਰੁਪਈਆ ਲਾ ਦਿੱਤਾ ਕਾਹਦੇ ਤੇ? ਰੱਬ ਲੱਭਣ ਤੁਰੇ, ਕੋਈ ਕਿਤੇ ਯਾਤਰਾ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ। ਜਿੱਦਣ ਆ ਗੁਰਬਾਣੀ ਨੇ ਮੂੰਹ ਅੰਦਰ ਨੂੰ ਕਰਾ ਦਿੱਤਾ ਵੀ ਆਪਣੇ ਆਪ ਵੇਖ ਲੈ ਯਾਰ, ਤੂੰ ਰੱਬ ਦਾ ਰੂਪ ਨੀ? ਲਹਿਰ ਕਮਲੀ ਕਮਲੀ ਹੋਈ ਸਮੁੰਦਰ ਲੱਭਦੀ ਫਿਰਦੀ ਹੈ ਤੇ ਲਹਿਰ ਨੂੰ ਪਤਾ ਲੱਗ ਗਿਆ ਮੈਂ ਹੀ ਸਮੁੰਦਰ ਹਾਂ, ਉਹਦੀ ਉਹਦਾ ਤੇ ਰੌਲਾ ਖਤਮ, ਉਹਦੀਆਂ ਯਾਤਰਾਵਾਂ ਖਤਮ। ਹੁਣ ਆਪਣੇ ਆਪ ਨੂੰ ਪਛਾਣੇਗੀ, ਸਾਡਾ ਕਿੰਨਾ ਅਰਬਾਂ ਖਰਬਾਂ ਰੁਪਈਆ ਖਤਮ ਹੋ ਗਿਆ, ਬਰਬਾਦ ਹੋ ਗਿਆ, ਸਾਨੂੰ ਤੇ ਸਮਝ ਨਹੀਂ ਸੀ ਆਉਣੀ। ਲੋ ਅਗਲੀਆਂ ਪੰਕਤੀਆਂ ਸੁਣਿਓ ਧਿਆਨ। ਮਾਧਵੇ ਕਿਆ ਕਹੀ ਹੈ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਕਹਿੰਦੇ ਤੇ ਭਰਮ ਪੈ ਗਿਆ ਭਰਮ, ਮਾਧਵੇ ਕਿਆ ਕਹੀ ਹੈ ਭ੍ਰਮ ਐਸਾ, ਜੋ ਅਸੀਂ ਮੰਨੀ ਬੈਠੇ ਹਾਂ ਉਦਾਂ ਦਾ ਹੈ ਨੀ, ਜੈਸਾ ਮਾਨੀਏ ਹੋਏ ਹੋਏ ਨਾ ਤੈਸਾ। ਅਸੀਂ ਮੰਨੀਏ ਬੈਠੇ ਹਾਂ ਮੈਂ ਵੱਖਰਾ ਰੱਬ ਵੱਖਰਾ ਕੋਈ, ਕਹਿੰਦੇ ਏਦਾਂ ਹੈ ਨੀ ਭਾਈ, ਭੁਲੇਖਾ ਪੈ ਗਿਆ, ਇਹ ਭੁਲੇਖਾ ਦੂਰ ਕਰ ਦਿਓ। ਸਾਗਰ ਚ ਜਿਵੇਂ ਲਹਿਰਾਂ ਬਣਦੀਆਂ ਨੇ ਏਦਾਂ ਲਹਿਰਾਂ ਹੀ ਆ, ਸਮੁੰਦਰ ਤੇ ਲਹਿਰਾਂ ਹੁੰਦੇ ਇੱਕ ਹੀ ਨੇ, ਦੋ ਨਹੀਂ ਹੁੰਦੇ। ਅੱਗੇ ਸੁਣਿਓ ਜਰਾ। ਨਰਪਤ ਇੱਕ ਸਿੰਘਾਸਨ ਸੋਇਆ, ਸੁਖ ਨੇ ਪਿਆ ਖਾਰੀ,
ਅਛਤ ਰਾਜ ਬਿਛਰਤ ਦੁੱਖ ਪਾਇਆ ਸੌਗਤ ਪਈ ਹਮਾਰੀ। ਕਹਿੰਦੇ ਸਾਡਾ ਤੇ ਉਹ ਹਾਲ ਹੋਇਆ ਪਿਆ, ਦੁਖੀ ਦੁਖੀ ਕੇ ਤਾਂ ਰਹਿੰਦੇ ਹਾਂ ਅਸੀਂ, ਸਾਨੂੰ ਆਪਣੇ ਆਪ ਦੀ ਪਛਾਣ ਭੁੱਲ ਗਈ ਹੈ। ਰਾਜਾ ਗਿਆ ਸੌ, ਵੀਰੋ ਟਕਾ ਰੱਖਿਓ ਬਣਾ ਕੇ, ਅਜੇ ਪੌਣੇ ਦਸ ਵਜੇ ਹੈ ਤੇ ਆਪਾਂ ਸਵਾ ਦਸ ਵਜੇ ਸਮਾਪਤੀ ਕਰ ਦੇਣੀ, ਅੱਧਾ ਘੰਟਾ ਰਹਿ ਗਿਆ, ਟਕਾ ਰੱਖੋ ਬਣਾ, ਹਿਲਜੁਲ ਨਾ ਹੋਵੇ ਬਿਲਕੁਲ, ਟਕਾ ਰੱਖੋ। ਕਹਿੰਦੇ ਸਾਡਾ ਹਾਲ ਇਹ ਹੋ ਗਿਆ, ਇੱਧਰ ਸੁਣੋ ਸੁਣੋ ਵੀਰੋ, ਜਿਵੇਂ ਰਾਜਾ ਬੜਾ ਵੱਡਾ ਅਮੀਰ ਬੰਦਾ ਰਾਜਾ ਸੌ ਗਿਆ ਤੇ ਸੁੱਤੇ ਨੂੰ ਆਇਆ ਸੁਪਨਾ, ਤੇ ਸੁਪਨੇ ਚ ਬਣ ਗਿਆ ਭਿਖਾਰੀ, ਦਰ ਦਰ ਮੰਗਦਾ ਫਿਰਦਾ ਹੈ ਰਾਜਾ, ਤੇ ਸੁਪਨੇ ਵਿੱਚ ਆਪਣੇ ਆਪ ਨੂੰ ਕੀ ਸਮਝ ਰਿਹਾ ਭਿਖਾਰੀ, ਤੇ ਜਦੋਂ ਜਾਗ ਆਈ ਫਿਰ ਪਤਾ ਲੱਗਾ ਮੈਂ ਤੇ ਰਾਜਾ, ਮੈਂ ਤੇ ਰੋਟੀ ਲਈ ਤੜਫਦਾ ਫਿਰਦਾ ਸੀ, ਰੋਂਦਾ ਫਿਰਦਾ ਸੀ ਦਰ ਦਰ ਦੇ ਉੱਤੇ, ਜਦੋਂ ਅੱਖ ਖੁੱਲੀ ਫਿਰ ਪਤਾ ਲੱਗਾ ਉਹ ਮੈਂ ਤੇ ਰਾਜਾ ਸੀ, ਮੈਂ ਐਵੇਂ ਭੁਲੇਖੇ ਚ ਤੁਰਿਆ ਫਿਰਦਾ ਰਿਹਾ, ਮੈਂ ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ। ਇਹ ਹਾਲ ਕਹਿੰਦੇ ਅੱਜ ਸਾਡਾ ਹੋਇਆ ਪਿਆ, ਕਹਿੰਦੇ ਇਕੱਲੇ ਹੋਏ ਫਿਰਦੇ ਆ ਭਿਖਾਰੀ ਆ, ਜਦੋਂ ਪਤਾ ਲੱਗ ਗਿਆ ਮਨ ਤੂੰ ਜੋਤ ਸਰੂਪ ਹੈ, ਜਦੋਂ ਜਾਗ ਆ ਗਈ, ਸਮਝ ਆ ਗਈ, ਆਪੇ ਦੀ ਪਛਾਣ ਆ ਗਈ, ਮੈਂ ਕਿਸੇ ਤੋਂ ਘੱਟ ਨਹੀਂ, ਮੈਂ ਵੱਖਰਾ, ਜਦੋਂ ਆਪਣੇ ਆਪ ਦਾ ਪਤਾ ਲੱਗ ਗਿਆ। ਹੁਣ ਕਈ ਬੰਦੇ ਤੁਹਾਡੇ ਚ ਵੇਖ ਕੇ ਮੇਰੇ ਕੋਲ ਨਹੀਂ ਵੇਖ ਕੇ ਸੋਚਦੇ ਹੋਣਗੇ, ਯਾਰ ਇਹ ਬੰਦਾ ਬੋਲੀ ਜਾਂਦਾ ਇੰਨੇ ਲੋਕ ਇਹਨੂੰ ਸੁਣਨ ਆਉਂਦੇ ਨੇ ਕਿੱਡਾ ਕਮਾਲ ਦਾ, ਕਈ ਐ ਨਹੀਂ ਸੋਚਦੇ। ਪਰ ਜਿੱਦੇ ਤੈਨੂੰ ਤੇਰਾ ਪਤਾ ਲੱਗ ਗਿਆ ਵੀ ਤੂੰ ਤੇਰੀ ਜਿਹੜੀ ਤੇਰੇ ਚ ਕਮਾਲ ਹੈ ਉਹ ਮੇਰੇ ਚ ਹੈ ਨਹੀਂ। ਗੱਲਾਂ ਨੂੰ ਧਿਆਨ ਚ ਰੱਖਿਓ, ਰਾਜਾ ਸੌਂ ਗਿਆ ਪਤਾ ਹੀ ਨਹੀਂ ਸੀ, ਭਿਖਾਰੀ ਸਮਝਦਾ ਆਪਣੇ ਆਪ। ਹੁਣ ਫੇਰ ਸੁਣੋ, ਨਰ ਪਤੋ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਛੜਤ ਦੁੱਖ ਪਾਇਆ ਸੋਗਤ ਪਈ ਹਮਾਰੀ। ਕਹਿੰਦੇ ਉਹ ਹਾਲ ਸਾਡਾ ਹੋਇਆ ਪਿਆ, ਜਿਵੇਂ ਰਾਜਾ ਸੁੱਤਾ ਸੀ ਕਹਿੰਦੇ ਭਿਖਾਰੀ ਬਣ ਗਿਆ ਸੀ, ਅਸੀਂ ਵੀ ਭਿਖਾਰੀ ਬਣੇ ਫਿਰਦੇ ਹਾਂ। ਅੱਗੇ ਜੀ, ਰਾਜ ਪੁਆਂਗ ਪਰ ਸੰਗ ਜੈਸੇ ਹੈ ਅਬ ਕੁਛ ਮਰਮ ਜਨਾਇਆ, ਅਨਕ ਕਟਕ ਜੈਸੇ ਫੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ। ਜਿਵੇਂ ਹੁੰਦੀ ਤੇ ਹੈ ਰੱਸੀ, ਹੁੰਦੀ ਹੈ ਰੱਸੀ, ਪਰ ਹਨੇਰੇ ਦੇ ਵਿੱਚ ਰੱਸੀ ਕਈ ਵਾਰੀ ਸੱਪ ਦਾ ਭੁਲੇਖਾ ਪਾਉਂਦੀ ਹੈ। ਕਹਿੰਦੇ ਭੁਲੇਖਾ ਪਿਆ ਹੋਇਆ, ਜਿਵੇਂ ਰੱਸੀ ਨੂੰ ਵੇਖ ਕੇ ਭੁਲੇਖਾ ਨਹੀਂ ਪੈ ਜਾਂਦਾ ਵੀ ਸੱਪ ਹੈ, ਐਦਾਂ ਭੁਲੇਖਿਆਂ ਚ ਜਿਉਂ ਰਹੇ ਆ। ਸੋਨੇ ਦੇ ਗਹਿਣੇ, ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ ਅੱਡ ਅੱਡ ਲੱਗਦੇ ਹੈ, ਏਦਾਂ ਸਾਨੂੰ ਅਲੱਗ ਅਲੱਗ ਲੱਗ ਰਿਹਾ ਸਾਰਾ ਕੁਛ। ਪਰ ਦੱਸੋ ਵੀਰੋ, ਸੋਨੇ ਦੇ ਗਹਿਣੇ ਏਦਾਂ ਹੋਣ, ਸੋਨਾ ਤੇ ਸੋਨੇ ਦੇ ਗਹਿਣੇ ਅੱਡ ਅੱਡ ਨੇ ਕਿ ਸੋਨਾ ਹੀ ਹੈ, ਬੋਲੋ ਵੀਰੋ। ਅੱਛਾ ਵੇਖੋ, 50 ਗਹਿਣੇ ਸੋਨੇ ਦੇ ਗਹਿਣੇ ਹੈ ਤੇ ਇੱਕ ਸੋਨੇ ਦਾ ਬਿਸਕਿਟ ਹੈ ਵੱਡਾ, ਇੱਕ ਬਿਸਕਿਟ ਹੈ ਇੱਕ ਗਹਿਣੇ ਹੈ। ਹੁਣ ਦੱਸੋ, ਆ ਵੀ ਸੋਨਾ ਆ ਵੀ ਸੋਨਾ, ਪਰ ਲੱਗਦੇ ਅਲੱਗ ਅਲੱਗ ਹੈ, ਗਹਿਣੇ ਅਲੱਗ ਅਲੱਗ ਲੱਗਦੇ ਆ ਪਰ ਅਲੱਗ ਅਲੱਗ ਹੁੰਦੇ ਨਹੀਂ, ਇੱਕ ਹੀ ਹੁੰਦੇ ਹੈ, ਇੱਕ ਹੀ ਹੁੰਦੇ। ਇਹ ਭੁਲੇਖਾ ਹੈ, ਭੁਲੇਖਾ ਕੱਢਦੇ ਨਿਕਲ ਗਿਆ ਤੇ ਨਜ਼ਾਰਾ ਆ ਜਾਣਾ ਅੱਗੇ। ਸਰਬੇ ਇੱਕ ਅਨੇਕ ਸੁਆਮੀ ਸਭ ਘਟ ਭੋਗ ਵੈਸੋ,
ਹੈ ਰੱਬ ਦਾਸ ਹੱਥ ਪੈ ਮੇਰੇ ਸਹਿਜੇ ਹੋਏ ਸੋ ਹੋਈ ਸਰਬ ਹੈ ਏਕ ਇੱਕ ਹੀ ਹੈ ਜਿਹੜਾ ਸਾਰਿਆਂ ਦੇ ਵਿੱਚ ਹੈ ਲੱਗਦਾ ਅਨੇਕ ਹੈ ਹੈ ਇੱਕ ਹੈ ਸਾਰਿਆਂ ਦੇ ਵਿੱਚ ਬੈਠਾ ਜਿਹੜਾ ਸਾਰਿਆਂ ਚ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਕਹਿੰਦੇ ਹੱਥਾਂ ਪੈਰਾਂ ਤੋਂ ਇਹ ਗੱਲਾਂ ਆਉਣੀ ਨਾ ਕਦੇ ਤਾਂ ਕਰਕੇ ਸਾਰਾ ਕੁਛ ਹੀ ਬਦਲ ਕੇ ਰੱਖਦਾ ਤੇ ਜਦੋਂ ਪਤਾ ਲੱਗ ਗਿਆ ਵੀ ਇਹ ਅਸੀਂ ਕਰਨਾ ਸੀ ਫਿਰ ਸਾਨੂੰ ਪਤਾ ਲੱਗਣਾ ਫਿਰ ਵੇਖਿਓ ਢਾਂਚਾ ਬਦਲਦਾ ਸਾਰਾ ਲਾਸਟ ਪੰਗਤੀਆਂ ਫਿਰ ਸੁਣੋ ਸਰਬੇ ਅਨੇਕੇ ਸਵਾਮੀ ਸਭ ਘਟ ਹੋਵੇ ਸੋਈ ਵਾਹ ਕਹਿ ਰੱਬ ਦਾਸ ਹੱਥ ਪੈ ਮੇਰੇ ਸਹਿਜੇ ਹੋਏ ਸੋ ਹੋਈ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਕਹਿੰਦੇ ਹੱਥਾਂ ਪੈਰਾਂ ਤੋਂ ਵੀ ਨੇੜੇ ਲੱਭ ਆਪਣੇ ਆਪ ਨੂੰ ਪਛਾਣ।